ਮਾਲਵਾ نیوز ਵਿੱਚ ਤੁਹਾਡਾ ਸਵਾਗਤ ਹੈ ਮੈਂ ਤੁਹਾਡੀ ਆਪਣੀ ਸੰਦੀਪ ਸੰਧੂ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਦੇਸ਼ ਚ ਪੈਟਰੋਲ ਤੇ ਪਾਬੰਦੀ ਬਾਰੇ ਆਮ ਆਦਮੀ ਦੇਸ਼ ਚ ਪੈਟਰੋਲ ਤੇ ਪਾਬੰਦੀ ਦੀ ਕਲਪਨਾ ਵੀ ਨਹੀਂ ਕਰ ਸਕਦਾ ਪਰ ਕੇਦਰ ਟ੍ਰਾਂਸਪੋਰਟ ਮੰਤਰੀ ਨੀਤਿਨ ਗੜਕਰੀ ਦਾ ਦਾਵਾ ਹੈ ਕਿ ਆਉਣ ਵਾਲੇ 5 ਸਾਲਾਂ ਚ ਦੇਸ਼ ਚ ਪੈਟਰੋਲ ਤੇ ਪਾਬੰਦੀ ਲੱਗ ਜਾਵੇਗੀ ਅਤੇ ਇਸ ਦੀ ਕੋਈ ਲੋੜ ਨਹੀਂ ਰਹੇਗੀ ਕੇਦਰੀ ਮੰਤਰੀ ਦੇ ਇਸ ਦਾਅਵੇ ਦੀ ਅਸਲੀਅਤ ਤਾਂ ਆਉਣ ਵਾਲੇ ਸਮੇਂ ਵਿੱਚ ਹੀ ਪਤਾ ਲਗੇਗੀ ਪਰ ਜੇਕਰ ਤੇਲ ਵਿੱਚ ਪੈਟਰੋਲ ਦਾ ਸਸਤਾ ਵਿਕਲਪ ਲਾਗੂ ਹੋ ਜਾਂਦਾ ਹੈ ਤਾਂ ਆਮ ਆਦਮੀ ਲਈ ਵੱਡੀ ਰਾਹਤ ਦੀ ਗੱਲ ਹੋਵੇਗੀ ਵੀਰਵਾਰ ਨੂੰ ਅਕਾਲਾ ਚ ਡਾਕਟਰ ਪੰਜਾਬ ਰਾਉਤ ਦੇਸ਼ਮੁਖ ਐਗਰੀਕਲਚਰ ਯੂਨੀਵਰਸਿਟੀ ਦੇ 97ਵੇਂ ਕਨਵੋਕੇਸ਼ਨ ਸਮਰੋਚ ਬੋਲਦਿਆਂ ਗੜਕਰੀ ਨੇ ਦਾਵਾ ਕੀਤਾ ਕਿ ਆਉਣ ਵਾਲੇ ਸਮੇਂ ਵਿੱਚ ਦੇਸ਼ ਚ ਪੈਟਰੋਲ ਤੇ ਪਾਬੰਦੀ ਲਗਾ ਦਿੱਤੀ ਜਾਵੇਗੀ ਇਸ ਮੌਕੇ ਖੇਤੀਬਾੜੀ ਯੂਨੀਵਰਸਿਟੀ ਨੇ ਗੜਕਰੀ ਨੂੰ ਡਾਕਟਰ ਆਫ ਸਾਇੰਸ ਦੀ ਡਿਗਰੀ ਵੀ ਪ੍ਰਦਾਨ ਕੀਤੀ ਪ੍ਰੋਗਰਾਮ ਦੀ ਪਰਦਾਣ ਕੀ ਮਹਾਰਾਸ਼ਟਰ ਦੇ ਰਾਜਪਾਲ ਅਤੇ ਯੂਨੀਵਰਸਿਟੀ ਦੇ ਚਾਂਸਲਰ ਭਗਤ ਸਿੰਘ ਕੋਸ਼ਿਆਰੀ ਨੇ ਕੀਤੀ। ਕੇਦਰੀ ਮੰਤਰੀ ਗੜਕਰੀ ਨੇ ਕਿਹਾ ਕਿ ਹੁਣ ਵੀ ਦਰਬ ਵਿੱਚ ਬਣੇ ਬਾਇਓ ਇਥਨੋਲ ਦੀ ਵਰਤੋਂ ਵਾਣਾ ਵਿੱਚ ਕੀਤੀ ਜਾ ਰਹੀ ਹੈ। ਖੂਦ ਦੇ ਪਾਣੀ ਤੋਂ ਗ੍ਰੀਨ ਹਾਈਡਰੋਜਨ ਬਣਾਈ ਜਾ ਸਕਦੀ ਹੈ ਅਤੇ ਇਸ ਨੂੰ 70 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵੇਚਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਅਗਲੇ 5 ਸਾਲਾਂ ਵਿੱਚ ਦੇਸ਼ ਵਿੱਚ ਪੈਟਰੋਲ ਖਤਮ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਸਿਰਫ ਕਾਨਕ ਉਨਾ ਮੱਕੀ ਆਧ ਰਵਾਇਤੀ ਫਸਲਾਂ ਉਗਾਉਣ ਨਾਲ ਕਿਸਾਨ ਦਾ ਭਵਿੱਖ ਉਜਾਗਰ ਨਹੀਂ ਹੋ ਸਕਦਾ ਹੁਣ ਕਿਸਾਨ ਨੂੰ ਕੁਝ ਕਰਨਾ ਪਵੇਗਾ ਗੜਕਰੀ ਨੇ ਕਿਹਾ ਕਿ ਕਿਸਾਨਾਂ ਨੂੰ ਹੁਣ ਅੰਨਦਾਤਾ ਦੇ ਨਾਲ ਨਾਲ ਊਰਜਾ ਦਾ ਨੀ ਬਣਨ ਦੀ ਲੋੜ ਹੈ ਗੜਕਰੀ ਨੇ ਕਿਹਾ ਕਿ ਇਥੈਨੋਲ ਦੇ ਫੈਸਲੇ ਨਾਲ ਦੇਸ਼ ਨੂੰ 20000 ਕਰੋੜ ਰੁਪਏ ਦੀ ਬਚਤ ਹੋਈ ਹੈ ਆਉਣ ਵਾਲੇ ਸਮੇਂ ਵਿੱਚ ਦੋ ਪਹੀਆ ਵਾਹਨ ਅਤੇ ਚਾਰ ਪਹੀਆ ਵਾਹਨ ਗ੍ਰੀਨ ਹਾਈਡਰੋਜਨ ਇਥੈਨੋਲ ਅਤੇ ਸੀਐਨਜੀ ਤੇ ਆਧਾਰਿਤ ਹੋਣਗੇ ਕੇਦਰੀ ਮੰਤਰੀ ਨੇ ਕਿਹਾ ਕਿ ਵਿਦਰੋਪ ਤੋਂ ਬੰਗਲਾਦੇਸ਼ ਨੂੰ ਕਪਾਹ ਨਿਰਯਾਤ ਕਰਨ ਦੀ ਯੋਜਨਾ ਹੈ ਜਿਸ ਲਈ ਯੂਨੀਵਰਸਟੀਆਂ ਦੇ ਸੰਯੋਗ ਦੀ ਲੋੜ ਹੈ ਵਿਦਰੋਹ ਵਿੱਚ ਕਿਸਾਨ ਖੁਦਕੁਸ਼ੀਆਂ ਨੂੰ ਰੋਕਣ ਵਿੱਚ ਯੂਨੀਵਰਸਟੀਆਂ ਦਾ ਅਹਿਮ ਭੂਮਿਕਾ ਨਿਭਾ ਸਕਦੀਆਂ ਹਨ ਇਸੇ ਤਰ੍ਹਾਂ ਤੁਸੀਂ ਸਾਡੇ ਚੈਨਲ ਨਾਲ ਜੁੜੇ ਰਹੋ ਮੈਨੂੰ ਸੰਦੀਪ ਸੰਧੂ ਨੂੰ ਦੋ ਇਜਾਜ਼ਤ ਧੰਨਵਾਦ